ਉਹਦੀਆਂ ਯਾਦਾਂ ਰਹਿ ਗਈਆਂ ਕਿ ਜ਼ਿੰਦਗੀ ਦੇ ਵਿੱਚ ਲਓ ਸੰਦੀਪ ਲੁੱਧਰ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਸੰਦੀਪ ਲੁੱਧਰ ਦਿੜਬਾ ਸ਼ੀਰਾ ਪਿੱਥੋ ਵਾਲਾ ਆਹ ਪਿੱਥੋ ਵਾਲਾ ਕਮਾਣ ਪਰਿਵਾਰ ਪਿੱਥੋ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਫੈਸਲਾ ਕਿਹਦੇ ਨਾਲ ਆਊਗਾ ਪਿੱਥੋ ਵਾਲਾ ਵੀ ਖੜਾ ਸੁਰਖਪੁਰੀਆ ਵੀ ਖੜਾ ਗਿਆਨੀ ਵੀ ਤਿਆਰ ਹੈ ਨਾਲ ਬੱਜੀ ਵੀ ਤਿਆਰ ਹੈ ਗੱਲ ਸਮੇਂ ਦੀ ਪਿੱਥੋ ਵਾਲਾ ਪਿੱਥੋ ਵਾਲਾ ਪਿੱਥੋ ਵਾਲਾ ਪਿੱਥੋ ਵਾਲਾ ਗੱਲ ਟਾਈਮ ਤੇ ਖੜੀ ਹੈ ਮੇਰੇ ਵੀਰੋ ਇਸ ਵਾਰ ਸੁੱਚੇ ਤਿੱਤ ਸਿੰਘ ਹੋਰਾਂ ਦੇ ਵਾਸਤੇ ਕੁਸ਼ਤੀਆਂ ਲੜੀਆਂ ਕਬੱਡੀ ਦੇ ਵਿੱਚ ਗੱਲਾਂ ਸਤਿਗੁਰ ਝਨੇੜੀ ਵਰਗਿਆਂ ਦੀਆਂ ਹੋਈਆਂ ਮਨਦੀਪ ਦੜਬਾ ਮੰਡੀ ਦੀ ਟੀਮ ਗਰਾਊਂਡ 'ਚ ਆ ਗਈ ਹੈ ਰਣ ਸਿੰਘ ਰਣੀਆਂ 36 ਖੁਸ਼ਦੀਪ ਗਿੱਲ ਲਾ ਪਿੱਥੋ ਵਾਲਾ ਸੀਰਾ ਪਿੱਥੋ ਵਾਲੇ ਦੇ 62 ਮੋਟਰਸਾਈਕਲ ਹੋ ਗਏ ਇਸ ਕਮਾਂ ਦੇ ਨਾਲ 37 ਸਾਲ ਇਹਨਾਂ ਗਰਾਊਂਡਾਂ ਦੇ ਵਿੱਚ ਸੁਰਖਪੁਰੀਏ ਯਾਦਿਆ ਉਹ ਟਿੱਬਿਆਂ ਦੇ ਅਮਨੇ ਨੇ ਦੋ ਜਫੇ ਲਾਏ ਹੈ ਹੁਣ 2 ਤੋਂ 3 3 ਤੋਂ 4 4 ਤੋਂ 5 ਕੌਣ ਕਰੂ ਪਿੱਥੋਂ ਦੇ ਸ਼ੀਰਿਆ ਗੱਲ ਮੁਸ਼ਕਲ ਮੁਸ਼ਕਲ ਦੀ ਜਾਪਦੀ ਹੈ ਸ਼ਮਸ਼ਪੁਰੀਏ ਸੁਲਤਾਨ ਦੀ ਕਬੱਡੀ ਹੈ ਹੋ ਗਈ ਕਮਾਲ ਬੱਲੇ ਸ਼ਾਵਾ ਬੱਲੇ ਬੱਲੇ ਕਿ ਬੰਨੇ ਬੰਨੇ ਲੱਭਦੀ ਫਿਰੇ ਜੱਟ ਜੱਟੀ ਦੇ ਸਬੱਬੀ ਹੋ ਗਏ ਮੇਲੇ ਖਿਡਾਰੀ ਨੇ ਲਾ ਕਬੱਡੀ ਇਸ ਲਈ ਕਹਿੰਦੇ ਬੱਬੂ ਦੀ ਪੈਰੀ ਹੈ ਇੱਕ ਪੜਾਣੇ ਵਾਲਾ ਦੁਨੀਆ ਦਾ ਮਹਾਨ ਖਿਡਾਰੀ ਜਲਾਲ ਦਾ ਬੱਬੂ ਪ੍ਰਸਿੱਧ ਤੇ ਆ ਲਸਾੜੇ ਵਾਲਾ ਪਿੱਥੋਂ ਵਾਲਾ ਸ਼ੀਰਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ ਲਓ ਸਾਹਮਣੇ ਲਓ ਸਤਪਾਲ ਜੀ ਕਰਿਓ ਗੱਲ ਪਿੱਛੋਂ ਕਬੱਡੀ ਦਾ ਪਿੱਥੋਂ ਵਾਲਾ ਸ਼ੀਰਾ ਅੜੀਏ ਬੜਾ ਸਟਾਪਰ ਭੈੜਾ ਨੀ ਇੱਕ ਵਾਰੀ ਜੇ ਪੈ ਜੇ ਪਿੱਛੇ ਮੁੜਨਾ ਛੱਡਦਾ ਖੇੜਾ ਨੀ ਮਾਲਵੇ ਦਾ ਜੱਟ ਜਿਉਣਾ ਬਾਉਂਡ ਹੈ ਤਾੜੀ ਮਾਰਦਾ ਇੱਕ ਵਾਰੀ ਪਿੱਥੋਂ ਵਾਲੇ ਸ਼ੀਰੇ ਦਾ ਸਤਪਾਲ ਜੀ ਮਿੱਡੂ ਖੇੜਾ ਮਨਜੀਤ ਸਿੰਘ ਦੀ ਮਾਨ ਕਮਲਜੀਤ ਸਿੰਘ ਦੀ ਗਿੱਲ ਤੇ ਹਰਪ੍ਰੀਤ ਬਾਬਾ ਸਾਰੇ ਵੀਰਾਂ ਦਾ ਧੰਨਵਾਦ ਚੰਡੇਲਾ ਸਾਹਿਬ ਇਧਰ ਕਹਿੰਦੇ ਬਿਨੇ ਖੱਤਰੀ ਨੇ ਰੇਡ ਪਾ ਦਿੱਤੀ ਹੈ ਲੀਗ ਦੇ ਵਿੱਚ ਤਾਂ ਧੁੰਮਾ ਪਾ ਗਿਆ ਨੌਜਵਾਨ ਪਰ ਪਿੱਥੋਂ ਵਾਲਾ ਹੈ ਵਾਹ ਸ਼ਿੰਦੇ ਚਾਚੇ ਵੱਲੋਂ 5000 ਆਉਣਾ ਮੇਰੇ ਵੀਰੇ ਲਓ ਸ਼ੀਰਾ ਪਿੱਥੋਂ ਵਾਲਾ ਪਿਛਲੇ 20 ਸਾਲਾਂ ਤੋਂ ਕਹਿੰਦੇ ਛਾਇਆ ਹੋਇਆ ਹੈ ਕਬੱਡੀ ਦੇ ਮੈਦਾਨ 25 ਕਿਲੋ ਤੋਂ ਖੇਡਣੀ ਸ਼ੁਰੂ ਕੀਤੀ ਆ ਲਓ ਵਾਹ ਟਿੰਪੀ ਵੱਲੋਂ 500 ਤੇ ਬਾਸੀ ਬ੍ਰਦਰ ਹਰਵਿੰਦਰ ਬਾਸੀ ਹੋਣੀ ਮੇਰੇ ਵੀਰੋ ਸੁਖੇ ਹੋਣੀ ਨਸਰਾਲੀ ਦੇ ਕਬੱਡੀ ਕੱਪ ਦੇ ਮਾਨ ਸਨਮਾਨ ਹੋਣਗੇ ਸਰਹਾਲੀ ਦੇ ਕਬੱਡੀ ਕੱਪ ਦੇ ਮਾਨ ਸਨਮਾਨ ਹੋਣਗੇ ਲਓ ਰਵੀ ਦਿਓਰਾ ਤੇ ਪਿੱਥੋਂ ਵਾਲਾ ਉਹ ਬਾਹ ਪਿੱਥੋਂ ਵਾਲਿਆ ਇਹ ਹੈ ਦੁਨੀਆ ਦਾ ਮਹਾਨ ਖੜ ਕੇ ਸਾਡੇ ਲੋਕੀ ਸਾਰ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਇਹ ਬਜ਼ੁਰਗਾਂ ਦੇ ਨਾਂ ਤੋਂ ਵੱਜਿਆ ਪਹਿਲਾਂ ਬਜ਼ੁਰਗਾਂ ਦੇ ਨਾਂ ਹੁੰਦੇ ਸੀ ਕੋਠਾ ਸਿੰਘ ਝੱਖੜ ਸਿੰਘ ਬਾਬਾ ਬੋਤਾ ਸਿੰਘ ਦੇ ਗਰਜਾ ਸਿੰਘ ਉਹਨਾਂ ਦੀਆਂ ਗੱਲਾਂ ਤੁਰਦੀਆਂ ਨੇ ਲਓ ਸਾਹਮਣੇ ਵੇਖੋ ਸੁਰਖਪੁਰੀਏ ਦੀ ਪਈ ਰੇੜ ਹੈ ਉਧਰ ਵੇਖੋ ਵੀ 4 ਜਾਫੀ ਹੁਣ ਤਿਆਰ ਤਿਆਰ ਨੇ ਇੱਕ ਪਾਸੇ ਪਿੱਥੋਂ ਵਾਲਾ ਦੂਜੇ ਪਾਸੇ ਪੱਲੀ ਕਾਲੇ ਸੰਗਿਆਂ ਵਾਲਾ ਵੇਖੋ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਹੈ ਪਰ ਪਿੱਥੋਂ ਵਾਲਾ ਜਿੰਦਰ ਸਿੰਘ ਚੌਹਾਨ ਦਾ ਪੁੱਤਰ ਤੇ ਦੂਜੇ ਪਾਸੇ ਪੱਲੀ ਵੇਖੋ ਟੱਕਰ ਸ਼ੇਰਾਂ ਦੀ ਹੈ ਪੱਲੇ 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 ਐਨ ਕੋਠਾ ਗੁਰੂ ਵਾਹ ਸਮਾਂ ਬੀਤ ਗਿਆ ਸਮਾਂ ਬੀਤ ਗਿਆ ਅੱਗੇ ਵੀ ਉੱਡੀ ਮਾੜ ਰਾਹ ਦੇਖਾਂਗੇ ਉਸ ਸਾਹਮਣੇ ਬਹੁਤ ਵੱਡਾ ਧੰਨਵਾਦ ਲੋ ਸਾਹਮਣੇ ਕਹਿੰਦੇ ਗੁਰਪ੍ਰੀਤ ਦੀ ਕਬੱਡੀ ਪੈ ਰਹੀ ਹੈ ਇਹ ਹੈ ਕਹਿੰਦੇ ਠੀਕਰੀਵਾਲ ਪਿੰਡ ਦਾ ਮੇਰੇ ਮਿੱਤਰੋ ਠੀਕਰੀਵਾਲ ਪਿੰਡ ਦਾ ਕਹਿੰਦੇ ਗੁਰਪ੍ਰੀਤ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ 4 ਜਾਫੀ ਆ ਪਿੱਥੋਂ ਵਾਲਾ ਕਹਿੰਦੇ ਉਹ ਗੁਰਪ੍ਰੀਤ ਨੇ ਛੇੜ ਲਿਆ ਉਹ ਪੱਲੇ 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 ਦਿੱਤੀ ਹੈ ਜਿਵੇਂ ਸਿਆਣੀ ਬੁੜੀ ਮੱਝ ਚੋਕੇ ਦਿੰਦੀ ਹੈ ਲਓ ਸਵਾਦ 37 ਜੇ ਕਿਤੇ ਆਹ ਫੈਸਲਾ ਪਹਿਲਾਂ ਲਿਆ ਹੁੰਦਾ ਨਾ ਤੇ ਮੈਂ ਪੜਾ ਪੜਾ ਕੇ ਮਾਰ ਦੇਣੇ ਸੀ ਲਓ ਕਬੱਡੀ ਪੈ ਰਹੀ ਹੈ ਫਿਰ ਕਹਿੰਦੇ ਕਿੰਨੇ ਦੀ ਰੇਡ ਲਓ 4 ਜਾਫੀ ਓਏ ਮੈਚ ਫਸ ਗਿਆ ਓਏ ਮੈਚ ਫਸ ਗਿਆ ਹਾਏ ਓਏ ਰੱਬਾ ਓਏ